ਟੋਪੀ ਅੱਖਾਂ ਦੇ ਪਾਈ ਹੈ ਤੋ ਬਸ ਇਹ ਉਹ ਉਹ ਹੋਣੀ ਨਾ ਭਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਕਿੱਦਾਂ ਸਾਰੇ ਠੀਕ ਠਾਕ ਅੱਜ ਮੀਂਹ ਨੇ ਛੁੱਟੀ ਕਰਾਤੀ ਹੈ ਸਾਡੀ ਵੇਖ ਲਓ ਵਧੀਆ ਗੱਲ ਮੌਸਮ ਬਹੁਤ ਖਰਾਬ ਅੱਜ ਮੀਂਹ ਸਾਰੇ ਜਿਹੜੇ ਦੱਸਿਆ ਨੈਟ ਤੇ ਵੈਸੇ ਆਪਣਾ ਮੋਟਰਸਾਈਕਲ ਵਾ ਇਹ ਛਿੱਟੇ ਬੜੇ ਪਾਉਂਦਾ ਮਗਲੇ ਬੰਨੇ ਤੇ ਆਪਾਂ ਲਿਆਂਦਾ ਪ੍ਰੋਜੈਕਟ ਇਹਦਾ ਵੇਖੋ ਆਹ ਪ੍ਰੋਜੈਕਟ ਆਪਾਂ ਲੈ ਕੇ ਆਏ ਹੁਣੇ ਲਾਵਾਂਗੇ ਹੁਣ ਆਪਾਂ ਗੋਪੀ ਪੂਰੀ ਤਿਆਰੀ ਕਰਨ ਡਿਆ ਲਾਉਣ ਦੀ ਪਿੱਛੇ ਬੈਠਾ ਬੰਦਾ ਭੇਜ ਜਾਂਦਾ ਅੱਗੇ ਹੈਗਾ ਇਹ ਟੁੱਟ ਗਿਆ ਸੀ ਕਿਸੇ ਨੇ ਮਗਰੋਂ ਮੋਟਰਸਾਈਕਲ ਮਾਰਤਾ ਟੁੱਟ ਗਿਆ ਸੀ ਅਤੇ ਮੈਂ ਹਾਰ ਕੇ ਵਾਢੇ ਦਿੱਤਾ ਇਹਨੂੰ ਥੋੜ੍ਹਾ ਜਿਹਾ ਅਤੇ ਫਿਰ ਬਾਅਦ 'ਚ ਆਹ ਹੁਣ ਲਵਾ ਲੈਂਦੇ ਹਾਂ ਫੁੱਲ ਗਏ ਨਟ ਮਿਸ਼ਨ ਫਾਈਨਲ ਮਿਸ਼ਨ ਦਾ ਸਕਸੈਸ ਹੋ ਗਿਆ ਹਾਂਜੀ ਕੱਪੜੇ ਪਾ ਤੇ ਮੀਂਹ 'ਚ ਸੁੱਕਣੇ ਨਟ ਸੁੱਟਦੇ ਹੋਣਗੇ ਚਾਹ ਬਣਾ ਕੇ ਪਿਆਓ ਗੋਪੀ ਕਹਿਣ ਨਟ ਹੁਣ ਸੁੱਟਦੇ ਬਸ ਉਹ 'ਚ ਪਾਏ ਡਸਟਬੀਨ 'ਚ ਇਹਦੇ ਚੱਲ ਰਹੀ ਚਾਹ ਚਾਹ ਨਾਲ ਪੌਪਕੋਰਨ ਚਲੋ ਚੱਲੀਏ ਫਿਰ ਮੈਡੀਸਨ ਲੈ ਆਈ ਤੁਹਾਡੀ ਹੈਂ ਚੱਲੀਏ ਫਿਰ ਲੈ ਆਈਏ ਮੈਡੀਸਨ ਆਪਾਂ ਚਲੋ ਕਿੱਥੇ ਚਾਹ ਤੁਹਾਡੀ ਆਹ ਫੜੋ ਚਾਹ ਪਿਛਲੀ ਲਓ ਜੀ ਅੱਜ ਵੀਰ ਸਾਨੂੰ ਆਇਆ ਰੇਸ਼ਮ ਮਿਲਣ ਵਾਸਤੇ ਹੋਰ ਭਾਅ ਜੀ ਠੀਕ ਠਾਕ ਠੀਕ ਠਾਕ ਭਾਅ ਜੀ ਹਾਂਜੀ ਇੱਕ ਰੇਸ਼ਮ ਵੀਰ ਪਾਰਸਲ ਦੇ ਕੇ ਗਿਆ ਅਤੇ ਅਸੀਂ ਹੁਣ ਖੋਲ੍ਹ ਕੇ ਦੇਖਾਂਗੇ ਇਹ ਮੇਰਾ ਹੀ ਸਮਾਨ ਕੋਈ ਆ ਮੇਰਾ ਸਮਾਨ ਮੇਰਾ ਹੀ ਤੇ ਪਤਾ ਨਹੀਂ ਹੁਣ ਕੀ ਚੀਜ਼ ਵਿੱਚੋਂ ਨਿਕਲਦੀ ਹੈ ਮੰਗਾਈ ਤਾਂ ਹੈਗੀ ਹੈ ਸੋਚਣ ਕੇ ਡਏ ਆ ਜਲਦੀ ਜਲਦੀ ਖੋਲੋ ਹੁਣ ਟਾਈਮ ਨੀ ਇੰਨਾ ਲਾਉਣਾ ਖੁਸ਼ੀ ਬੜੀ ਬੰਦੇ ਨੂੰ ਹੁੰਦੀ ਜਦੋਂ ਪਾਰਸਲ ਆਵੇ ਹੈ ਖਲਾਰਾ ਨਾ ਪਾਓ ਵਾਹ ਉਹ ਇੱਕ ਤੇ ਖਾਲੀ ਨਿਕਲਿਆ ਖਤਮ ਬਾਏ ਬਾਏ ਟਾਟਾ ਜਲਦੀ ਜਲਦੀ ਲੈ ਇੱਕ ਲੱਗਦਾ ਬੈਗ ਹੀ ਆ ਵਿੱਚ ਇਹਨਾਂ ਨੇ ਦਿੱਤਾ ਗਿਫਟ ਬੈਗ ਆਏ ਵਿੱਚ ਕੱਪੜੇ ਪਾ ਕੇ ਖੜਿਆ ਕਰਾਂਗੇ ਵਾਂਡੇ ਕਿਤੇ ਜਾਇਆ ਕਰਾਂਗੇ ਇੱਕ ਚੀਜ਼ ਮੇਰਾ ਸੂਟ ਤੇ ਨਹੀਂ ਆਇਆ ਕਿਤੇ ਸੂਟ ਇੰਨਾ ਭਾਰਾ ਇਹ ਸੂਟ ਹੀ ਆ ਲੱਗਦਾ ਵਾਹ ਵਾਹ ਕੀ ਦਿਖਾਓ ਤੁਸੀਂ ਵਾਹ ਵਾਹ ਤੋ ਬਸ ਇਹ ਉਹ ਉਹ ਹੋਣੀ ਨਾ ਭਾਈ ਬੰਨ ਵਾਲੀ ਮੈਂ ਸਮਝਿਆ ਕਿ ਮੇਰੇ ਵਾਸਤੇ ਕੋਈ ਚੀਜ਼ ਕੋਈ ਸਰਪ੍ਰਾਈਜ਼ ਕੋਈ ਆਪਣੇ ਵਾਸਤੇ ਮੰਗਾਇਆ ਯਾਰ ਕੋਈ ਚੀਜ਼ ਬੜੀ ਵਧੀਆ ਚੀਜ਼ ਆਈ ਮੈਂ ਚਲੋ ਵਧੀਆ ਸੋਹਣੀ ਗੱਲ ਹੈ ਨਾਲ ਬੇਟੀ ਮਿਲੇ ਨਾਲ ਛੋਟੇ ਛੋਟੇ ਦੋ ਸੀ ਯਾਰ ਨਿਕ ਨਿਕ ਬੇਟਾ ਦੋ ਬੇਟਾ ਇਹ ਨਿਕ ਨਿਕ ਚਾਹ ਵਾਲੀ ਮਸ਼ੀਨ ਹੈ ਬਸ ਆਈ ਸਮਾਨ ਬਾ ਹੁਣ ਡਰਦਾ ਹੀ ਬਾਹਰ ਚਲ ਗਈ ਆਈ ਫਿਰ ਆ ਗਈ ਵੇ ਤੈਨ ਸੁੰਦਰ ਆ ਮੇਰੇ ਇਹਦਾ ਜੂਸ ਚੱਲ ਰਿਹਾ ਨਾਲ ਪੈਟੀ ਇਹ ਆ ਗਿਆ ਮੈਂ ਹੀ ਖਾ ਲੈਣਾ ਨਹੀਂ ਖਾਣੀ ਕਿਸੇ ਨੇ ਹਾਂ ਤਿੰਨ ਵਜੇ ਉੱਠ ਕੇ ਚਲੋ ਲਓ ਜੀ ਹੁਣੇ ਪਾਰਸਲ ਇੱਕ ਪਾਰਸਲ ਆਪਣਾ ਆਇਆ ਕੌਣ ਕਰਨ ਦਾ ਫਿਰ ਪਾਰਸਲ ਆਇਆ ਵੇਖੋ ਵੇਖਦੇ ਹਾਂ ਅੱਜ ਕੀ ਖੋਲੋ ਅੱਛਾ ਖੋਲੋ 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 ਪਾਰਸਲ ਲਿਆ ਕੈਂਚੀ ਦਾ ਮੈਨੂੰ ਪਤਾ ਨਹੀਂ ਖੋਲੇਂਗੇ ਤਾਂ ਪਤਾ ਲੱਗ ਓ ਵੈਰੀ ਗੁੱਡ ਓਏ ਯਾਰ ਕੀ ਚਾਦਰ ਦੀ
ਇਹ ਪਤਾ ਕਿੰਨੇ ਭੇਜਿਆ ਜੀ ਲੈ ਵੀ ਬਹੁਤ ਸੋਹਣਾ ਆਇਆ ਜੀ ਵੈਰੀ ਗੁੱਡ ਗੋਪੀ ਹਾਂਜੀ ਹਾਂਜੀ ਕੀ ਚੀਜ਼ ਵਾ ਚਾਦਰ ਵਾ ਕੀ ਹੈ ਕਾਟਨ ਦੀ ਫਰਾਕ ਭੇਜੀ ਕਿਸੇ ਨੇ ਕਿੰਨੀ ਸੋਹਣੀ ਬਹੁਤ ਸੋਹਣੀ ਫਰਾਕ ਭੇਜੀ ਕਿਸੇ ਨੇ ਬਹੁਤ ਹੀ ਵਧੀਆ ਡਰੈਸ ਭੇਜੀ ਜਿਹੜੀ ਵੀ ਮੇਰੀ ਭੈਣ ਨੇ ਭੇਜੀ ਮੇਰੇ ਵੀਰ ਨੇ ਉਹਦਾ ਬਹੁਤ ਥੈਂਕ ਯੂ ਕੈਮਰਾ ਆ ਗਿਆ ਕੋਠੇ ਤੇ ਫੋਟੋ ਸ਼ੂਟ ਕਰੂਗਾ ਗੋਪੀ ਹੈ ਅੱਜ ਕੈਮਰਾਮੈਨ ਗੋਪੀ ਬਣ ਘੈਂਡ ਘੈਂਡ ਫੋਟੋ ਸ਼ੂਟ ਹੋਣੀ ਆ ਸ਼ੌਂਕ ਦੱਸਦੀ ਤੁਹਾਨੂੰ ਕਿਹੜਾ ਆਪਣੀ ਰਿਪੋਰਟ ਵੀ ਓਕੇ ਹੋਈ ਪੱਗ ਵੈਸੇ ਬੱਜੀ ਦਸਤਾਰ ਆਪਣੀ ਘੈਂਡ ਨਾ ਮੈਂ ਪੂਰੀ ਜਾਜਾ ਕਰ ਗੋਪੀ ਵੀਰ ਆਇਆ ਗੋਪੀ ਵੀਰ ਨੂੰ ਉਹ ਵੇਖੋ ਗੋਪੀ ਦੀ ਅੱਜ ਟੋਰ ਬਣੀ ਹੈ ਬਹੁਤ ਟੋਰ ਬਣੀ ਲਓ ਹੁਣ ਗੋਪੀ ਵੀਰ ਦੀ ਵੀਡੀਓ ਬਣਨ ਲੱਗੀ ਆ ਤੇ ਇਹਦੇ ਸਟਾਈਲ ਦੇਖਿਓ ਤੁਸੀਂ ਅਤੇ ਗੋਪੀ ਬਹੁਤ ਵਧੀਆ ਵੀਰ ਹਾਂਜੀ ਅਸੀਂ ਦੋ ਰੀਲ ਆਪਣੀਆਂ ਤਿਆਰ ਕਰ ਲਈਆਂ ਵਾ ਤੇ ਹੁਣ ਤੀਸਰੀ ਦੇਖਦੇ ਹਾਂ ਡਰੈਸ ਚੇਂਜ ਕਰਕੇ ਤੇ ਫਿਰ ਬਣਾਉਂਦੇ ਗੋਪੀ ਸਮਾਈਲ ਇੱਦਾਂ ਥੋੜਾ ਸਮਾਈਲ ਕਰਕੇ ਠੀਕ ਆ ਸਮਾਈਲ ਕਰਕੇ ਗੋਪੀ ਵੀਰ ਹੁਣ ਫੋਟੋ ਖਿਚਾ ਰਿਹਾ ਚੁੱਪ ਨਹੀਂ ਕਰਨਾ ਠੀਕ ਆ ਸਮਾਈਲ ਕਰਕੇ ਥੋੜ੍ਹੀ ਖੁਸ਼ ਹੋ ਕੇ ਲਓ ਆਪਣੀ ਫੋਟੋ ਚੈੱਕ ਕਰ ਰਿਹਾ ਵਾ ਦੋਵੇਂ ਇਕੱਠੇ ਆ ਜੀ ਉਪਰਾਵਾ ਸਹੀ ਆਈ ਆ ਬਹੁਤ ਵਧੀਆ ਆਈ ਫੋਟੋ ਉਹ ਕੋਈ ਨੀ ਡਰ ਗੋਪੀ ਕੀ ਗੱਲ ਵਾ ਉਦਾਸ ਜਿਹਾ ਵਾ ਹਾਂਜੀ ਗੋਪੀ ਨੇ ਜਾਤ ਸਿਖਾਈ ਜਾ ਰਹੀ ਆ ਕਿ ਕਿਵੇਂ ਫੋਟੋ ਖਿੱਚਣੀ ਕਹਿੰਦਾ ਮੈਨੂੰ ਯਾਦ ਦੱਸੋ ਭਰਾਵਾ ਸਹੀ ਖਿੱਚਣੀ ਐਵੇਂ ਬੇਕਾਰ ਜੀ ਨੇ ਖਿੱਚਦੀ ਠੀਕ ਆ ਠੀਕ ਖਿੱਚਣੀ ਫੋਟੋ ਖਿੱਚ ਕੇ ਤੇ ਬਸ ਫੋਟੋ ਖਿੱਚ ਕੇ ਤੇ ਆਪ ਵੇਖਣੀ ਪਹਿਲਾਂ ਹੈ ਇਹ ਵਲੌਗ ਵਧੀਆ ਲੱਗਾ ਤੇ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਸਾਡਾ ਫੇਸਬੁੱਕ ਤੇ ਪੇਜ ਵੀ ਹੈਗਾ ਉਹਨੂੰ ਜ਼ਰੂਰ ਫੋਲੋ ਕਰੋ ਮਿਲਦੇ ਹਾਂ ਤੁਹਾਨੂੰ ਸਵੇਰੇ ਘੈਂਟ ਜਿਹੇ ਵਲੌਗ ਦੇ ਨਾਲ ਬਾਏ